ਪਾਉਣ ਦਾ ਸ਼ੌਂਕ ਕੋਈ ਨਾ, ਬੁਲਟ ਚਲਾਉਣ ਦਾ ਸ਼ੌਂਕ ਕੋਈ ਨਾ, ਫੋੜ ਪਾਉਣ ਦਾ ਸ਼ੌਂਕ ਕੋਈ ਨਾ, ਬੁਲਟ ਚਲਾਉਣ ਦਾ ਸ਼ੌਂਕ ਕੋਈ ਨਾ, ਮੋਟੇ ਮੋਟੇ ਟਾਇਰਾਂ ਵਾਲੀ ਜੀਪ ਰੱਖੀ ਆ ਲੰਡੀ, ਜੱਟ ਸ਼ੌਂਕੀ ਬਲਦਾਂ ਦਾ ਸ਼ੌਂਕੀ ਬਲਦਾਂ ਦਾ ਨੀ ਹੁੰਦੀ ਹਰ ਮੇਲੇ ਤੇ ਚੰਗੀ, ਜੱਟ ਸ਼ੌਂਕੀ ਬਲਦਾਂ ਦਾ ਨੀ ਹੁੰਦੀ ਹਰ ਮੇਲੇ ਤੇ ਚੰਗੀ। ਬਾਈ ਜੀ ਹੁਣ ਗੱਡੀ ਨਾਲ ਕੋਈ ਬੈਲ ਬੰਦ ਕਰ ਦਿਓ ਜੀ, ਕਰੀਏ ਆਪਾਂ ਸ਼ੁਰੂ ਮੁਕਾਬਲਾ ਅੱਜ ਦਾ। ਪੂਰੀ ਦੁਨੀਆ ਨੇ ਅੱਖ ਲੈ ਲਈ ਆ ਮਿੱਤਰੋ, ਮੰਡੀ ਅਹਿਮਦਗੜ੍ਹ ਦੇ ਨਾਲ ਪਿੰਡਾਂ ਮਹਿਰ ਨਾਲ। ਬਹੁਤ ਧੰਨਵਾਦ ਜਗਜੀਤ ਸਿੰਘ, ਬਲਵੀਰ ਸਿੰਘ ਹੋਣੀ ਮਿਹਰ ਵਾਲੇ ਆਪਣੇ ਜੁੱਟ ਦੇ ਨਾਲ ਚੱਲੇ ਆ। ਬਾਈ ਜੀ ਹੁਣ ਗੱਡੀ ਨਾਲ ਕੋਈ ਬੈਲ ਲੈ ਕੇ ਆਇਓ, ਆਹ ਜਿੰਨੇ ਵੀ ਵੀਰ ਖੜੇ ਪੱਪੂ ਵੀਰ ਸਟੇਜ 'ਤੇ ਆ ਜਾਓ, ਚਾਹੇ ਇਧਰਲੇ ਪਾਸੇ ਟਰੈਕਟਰ 'ਤੇ ਆ ਜਾਓ ਜੱਸੇ, ਕਿਉਂਕਿ ਤੋ ਜਿੰਨੇ ਵੀ ਦੂਰ ਨੇੜੇ ਵੀਰ ਖੜੇ ਆ, ਬਹਿਲਪੁਰ ਤੋਂ ਵੀਰ ਜੱਸੇ ਹੋਣੀ, ਪੱਪੂ ਹੋਣੀ, ਕਿਉਂਕਿ ਵੀਰੋ ਵੀਰ ਕਲਵੀਰ ਹੋਣੀ, ਇਹ ਸਾਰੇ ਵੀਰਾਂ ਨੇ ਮਿੱਤਰੋ ਜਿੱਥੇ ਵੱਡਾ ਪਰਿਵਾਰਕ ਪਿਆਰ ਆ, ਵੀਰ ਤਾਰੇ ਹੋਣਾ ਦੇ ਅੱਜ ਆਪਣੇ ਨਗਰ, ਇਹਨਾਂ ਦਾ ਵੀ ਆਪਣਾ ਨਗਰ ਆ। ਸੋ ਬਹੁਤ ਧੰਨਵਾਦ ਵੀਰ ਤਾਰੂ ਕੇ, ਬਾਈ ਤਾਰੂ ਬਹੁਤ ਧੰਨਵਾਦ ਭਾਈ, ਉਹਦਾ ਵੀ ਬਹੁਤ ਸਤਿਕਾਰ ਆ, ਬਹੁਤ ਧੰਨਵਾਦ। ਜਿਹੜਾ ਅੱਜ ਦਾ ਮੇਲਾ ਸ਼ੁਰੂ ਹੋਣ ਲੱਗਿਆ ਵੀਰੋ, ਲੱਖਾਂ ਰੁਪਈਆ ਜਿਹਦੇ ਤੇ ਅੱਜ ਖਰਚ ਹੋਇਆ ਵਾ, 1 ਲੱਖ ਰੁਪਈਆ ਪਰਮਜੀਤ ਸਿੰਘ ਜੀ ਪੰਮਾ ਪੋਤਰਾ ਸਰਦਾਰ ਰਛਪਾਲ ਸਿੰਘ ਜੀ ਲੰਬਰਦਾਰ ਵੱਲੋਂ ਅੱਜ ਦੇ ਇਸ ਖੇਡ ਮੇਲੇ ਲਈ ਆਇਆ ਵਾ। 2 ਮੋਟਰਸਾਈਕਲ ਵੀਰੋ, ਸੋਨੀ ਮੇਰਾ ਛੋਟਾ ਵੀਰ ਦੌਧਰਾਲਾ ਜਿਹਨੇ ਪਿਛਲੇ ਸਾਲ ਆਪਣੇ ਪੁੱਤਰ ਦੀ ਲੋਹੜੀ ਮਨਾਈ ਆ, 2 ਮੋਟਰਸਾਈਕਲ ਸੋਨੀ ਦੌਧਰ ਵੱਲੋਂ ਆ, 1 ਮੋਟਰਸਾਈਕਲ ਬਿੰਦਾ ਦੌਧਰ USA, ਸੋਨੂ ਨਰੰਗਵਾਲ USA। ਬਹੁਤ ਧੰਨਵਾਦ ਵੀਰ ਸੋਨੂ, ਵੀਰੋ ਇੱਥੇ ਵਿਆਹਿਆ ਹੋਇਆ, ਮੇਰੇ ਗੁਆਂਢੀ ਨਗਰ ਆ ਪਿੰਡ ਨਾਰੰਗਵਾਲ, ਉੱਥੋਂ ਦਾ ਇਹ ਗੱਭਰੂ ਆ, ਇਸ ਨਗਰ ਨਾਲ ਨੇੜੇ ਦੀ ਰਿਸ਼ਤੇਦਾਰੀ ਆ ਵੀਰ ਸੋਨੂ ਦੀ, 1 ਮੋਟਰਸਾਈਕਲ ਇਹਨਾਂ ਵੱਲੋਂ ਆ। ਬਹੁਤ ਧੰਨਵਾਦ। 1 ਮੋਟਰਸਾਈਕਲ, ਉਹ ਛੋਟੇ ਵੀਰ ਆਹ ਕੀ ਕਰਦੇ ਹੋ ਯਾਰ, ਭੱਜ ਕੇ ਹੋਵੋ, ਭੱਜ ਕੇ ਵੀਰ ਜਿਹੜਾ ਗੱਡੀ ਲਈ ਜਾਂਦੇ, ਮਾਰੋ ਹਿੰਮਤ ਮਾਰੋ, ਹੁਣ ਨਾ ਮੇਲਾ ਸ਼ੁਰੂ ਹੋ ਗਿਆ ਮਿੱਤਰੋ, ਮੇਲਾ ਦੌਧਰ ਦਾ ਅੱਜ, ਜਿਹੜੇ ਗੱਡੀਆਂ ਵਾਲੇ ਬਾਕੀ ਪਿੱਛੇ ਮੋੜ ਲਓ ਬਾਈ ਜੀ, ਬਾਕੀ ਮੋੜ ਲਓ ਪਿੱਛੇ, ਕਰੀਏ ਆਪਾਂ ਅੱਜ ਦਾ ਮੁਕਾਬਲਾ ਸ਼ੁਰੂ, ਕਿਉਂਕਿ ਮਾੜੀਆਂ ਮੋਟੀਆਂ ਗੱਲਾਂ ਬਾਤਾਂ ਉਰੇ ਕਰ ਲਓ ਪਰੇ ਕਰ ਲਓ ਵੀਰੋ, ਹੋ ਜਾਣਾ ਹੋ ਜਾਣਾ ਹੋ ਜਾਣਾ। ਇੱਕ ਛੋਟੀ ਜੀ ਬੇਨਤੀ ਕਰਨ ਲੱਗਿਆ ਮੈਂ ਆਪਣੇ ਵੱਲੋਂ, ਖਾਸ ਕਰਕੇ ਗੱਡੀਆਂ ਵਾਲੇ ਵੀਰਾਂ ਨੂੰ, ਕਈ ਵਹਿਮ ਕਰਦੇ ਆ ਵੀ ਇਹਨਾਂ ਦੇ ਭਾਲਦਾ ਵਿੱਚ ਜੋਰੇ ਚਾਚੇ ਦੇ ਜਾਂ ਦੂਜੇ ਪਾਲ ਚਾਚੇ ਗਏ, ਮੇਰਾ ਕਿਸੇ ਦੇ ਭਾਲਦ ਨਾਲ ਕੋਈ ਲਿੰਕ ਨਹੀਂ, ਜਿਹੋ ਜਿਹੇ ਬਾਹਰੋਂ ਆਏ ਆ ਉਹੋ ਜਿਹੇ ਸਾਡੇ ਪਿੰਡ ਦੇ ਆ, ਸਾਨੂੰ ਬਾਹਰ ਲਓ ਵੀ ਉਹਨੇ ਸਤਿਕਾਰਯੋਗ ਆ ਜਿੰਨੇ ਪਿੰਡ ਦੇ ਆ। ਇਸ ਕਰਕੇ ਜਿਹੜਾ ਘੜੀ ਦਾ ਟਾਈਮ ਆ ਉਹਦੇ 'ਚ ਕੋਈ ਫਰਕ ਨਹੀਂ ਹੋਊਗਾ, ਕੋਈ ਕਿਸੇ ਨਾਲ ਲਿਹਾਜ ਨਹੀਂ ਹੋਊਗੀ, ਅਸੀਂ ਬਾਬਾ ਜੀ ਦੇ ਅਸਥਾਨ ਤੋਂ ਸਹੁੰ ਖਾ ਕੇ ਤੁਰਦੇ ਹੁੰਦੇ ਹਾਂ ਕਿ ਬੇਈਮਾਨੀ ਨਹੀਂ ਕਰਨੀ, ਚਾਹੇ ਸਾਡਾ ਸਕਾ ਪਿਓ ਕਿਉਂ ਨਾ ਹੋਵੇ ਮੂਹਰੇ ਖੜਾ। ਸੋ ਬੇਨਤੀ ਆ, ਬੇਨਤੀ ਪ੍ਰਵਾਨ ਕਰੋ ਵੀਰੋ, ਲੰਬੇ ਸਮੇਂ ਤੋਂ ਇਹ ਸੇਵਾ ਕਰਦੇ ਆਉਂਦੇ ਆ ਨਗਰ ਦੌਧਰ ਦੀ, ਕਿਉਂਕਿ ਮੈਨੂੰ ਵੀਰ ਤਾਰੇ ਹੋਣੀ ਬਾਈ ਬੂਟੇ ਹੋਣੀ ਗੱਲ 2006-07 ਦੀ ਆ ਜਦੋਂ ਇਸ ਸਟੇਜ ਤੇ ਲਿਆਂਦਾ ਐਂਟਰੀ ਬਾਈ ਜੀ, ਉਹ ਸਾਹਮਣੇ ਜਿੱਥੇ ਮੋਟਰ ਆ ਕਲੀ ਵਾਲੀ ਪਾਣੀ ਵਾਲੀ ਟੈਂਕੀ ਆ ਉੱਥੇ ਕਰਾ ਲਓ। ਹਾਂਜੀ ਬਾਈ ਜੀ, ਹਾਂਜੀ 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 ਬਾਈ ਜੀ, ਜਿਹੜੀ ਵੱਡੇ ਬੋਲਦਾਂ ਦੀ ਦੌੜ ਆ ਬਿਲਕੁਲ ਤਿਆਰੀ ਤੇ ਹੈ, ਜਿਹੜਾ ਰਸਤਾ ਬਿਲਕੁਲ ਕਲੀਅਰ ਖਾਲੀ ਹੋਣਾ ਚਾਹੀਦਾ। ਆ ਮੇਰੇ ਵੀਰਾਂ ਨੂੰ ਬੇਨਤੀ ਹੈ, ਖਾਸ ਕਰ ਦਰਸ਼ਕ ਵੀਰਾਂ ਨੂੰ, ਕਿ ਆਪੋ ਆਪਣੀ ਜਗ੍ਹਾ ਲੈ ਕੇ ਬੈਠਣ ਦੀ ਕਿਰਪਾਲਤਾ ਕਰਨ। ਬਹੁਤ ਧੰਨਵਾਦ। ਲਓ ਭਾਈ, 2000 ਰੁਪਈਆ ਹੋ ਗਿਆ ਪਹਿਲੀ ਸ਼ਬਦ, 2000 ਰੁਪਈਆ ਸਰਦਾਰ ਹਰਪਾਲ ਸਿੰਘ ਜੀ ਦੌਧਰ ਕਨੇਡਾ, ਸਰਦਾਰ ਹਰਪਾਲ ਸਿੰਘ ਜੀ ਦੌਧਰ ਕਨੇਡਾ ਵੀਰ ਸੋਨੀ ਹੋਣਾ ਨੇ 1000 ਰੁਪਈਆ ਦਿੱਤਾ, ਤੇ 1000 ਰੁਪਈਆ ਜਸਪਾਲ ਸਿੰਘ ਜੀ, ਬਹੁਤ ਧੰਨਵਾਦ, ਕਨੇਡਾ ਚ ਵੱਸਦੇ ਆ ਟਵਾਣਾ ਸਾਹਿਬ ਕਨੇਡਾ, ਵੀਰ ਤਾਰੇ ਦੇ ਮਿੱਤਰੋ ਨੇੜੇ ਦੀ ਰਿਸ਼ਤੇਦਾਰੀ ਆ, ਬਹੁਤ ਧੰਨਵਾਦ। 1000 ਰੁਪਈਆ ਉਹਨਾਂ ਵੱਲੋਂ ਲੱਗ ਗਿਆ, ਤੇ 500 ਰੁਪਈਆ ਬਚੀ ਬਿੱਲੇ ਵਾਲਾ, ਜਾਣੀ 2500 ਰੁਪਈਆ ਸ਼ਿਪ ਤੇ ਲੱਗ ਗਿਆ ਬਾਈ ਜੀ। ਸੋ ਬਹੁਤ ਧੰਨਵਾਦ, ਕਰੀਏ ਮੇਲਾ ਸ਼ੁਰੂ। ਲਓ ਜੀ ਤਿਆਰੀ ਆ, ਕਹਿੰਦੇ ਗੁਰੂ ਹੋਇਆ ਜੀ ਗੁਰੂ ਗੋਬਿੰਦ ਸਿੰਘ ਵਰਗਾ,
ਪੰਥ ਉਹਨਾਂ ਦੀ ਪੰਥ ਖਾਲਸਾ ਵਰਗਾ ਜਗ ਤੇ ਗੁਰੂ ਤਾਂ ਬਥੇਰੇ ਮਿਲਣਗੇ ਗੁਰੂ ਮਿਲਣਾ ਨਹੀਂ ਗੁਰੂ ਗ੍ਰੰਥ ਸਾਹਿਬ ਵਰਗਾ ਸ਼ਿੰਦਾ ਕੋਕਰੀ ਤੇ ਅੰਮ੍ਰਿਤ ਕੋਕਰੀ ਬਹੁਤ ਧੰਨਵਾਦ ਬਾਈ ਸ਼ਿੰਦੇ ਹੋਣਾ ਦਾ ਮਾਮੇ ਹੋਣਾ ਦਾ ਬਾਈ ਜੀ ਆਹ ਬੱਟ ਵਾਲੇ ਉੱਠ ਖੜੇ ਹੋ ਉਹ ਬੱਟ ਤੋਂ ਪਰਲੇ ਪਾਸੇ ਹੋ ਜਾਓ ਉਹ ਸਪੀਕਰ ਤਾਂ ਪਰਲੇ ਪਾਸੇ ਹੋ ਜਾਓ ਮੰਨੋ ਵੀਰੋ ਬੇਨਤੀ ਇਕੱਲਾ ਇਕੱਲਾ ਬੈਲ ਤੁਹਾਨੂੰ ਪੰਜਾਬ ਦਾ ਉਧਰੋਂ ਫਿਰ ਸਾਊਂਡ ਚ ਨਹੀਂ ਸਹੀ ਜਾਣੀ ਜਦੋਂ ਚੁੱਪ ਹੁੰਦਾ ਜਦੋਂ ਭੱਜੂ ਉਦੋਂ ਬੋਲ ਦਿਆ ਕਰੋ ਤੂੰ ਕਹਿ ਉਦੋਂ ਬੋਲ ਦਿਆ ਕਰੋ ਸੋ ਲਓ ਜੀ ਪਹਿਲੀ ਗੱਡੀ ਟਰੈਕ ਦੇ ਉੱਤੇ ਆ ਬਿੰਦਰ ਬੀਰਮੀ ਦੀ ਮਿੱਤਰੋ ਗੱਡੀ ਆ ਰਹੀ ਆ ਭੂਪੀ ਬੀਰਮੀ ਇਸ ਨਗਰ ਨਾਲ ਨੇੜੇ ਦੀ ਰਿਸ਼ਤੇਦਾਰੀ ਆ ਹਾਂਜੀ 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 ਬੂਟਾ ਸਿੰਘ ਮੈਂਬਰ ਇੱਕ ਹਜ਼ਾਰ ਰੁਪਇਆ ਸ਼ਿਪ ਤੇ ਲੱਗ ਗਿਆ ਘੜੀ ਮੈਂ ਤੁਹਾਨੂੰ ਦੇ ਦਿੰਦਾ ਭੋਲੇ ਇੱਕ ਘੜੀ ਕੱਢ ਕੇ ਲਿਆ ਦੀ ਉਹਦੇ ਚੋਂ ਬਾਈ ਜੀ ਹੁਣ ਬਾਈ ਜੀ ਮੂਹਰੇ ਹੋ ਜਾਓ ਪਰੇ ਗੱਡੀ ਆ ਗਈ ਹੋ ਜਾਓ ਪੂਰੇ ਮੂਹਰੇ ਸਤਾਈ ਸੈਕਿੰਡ ਬਿਆਲੀ ਪੁਆਇੰਟਾਂ ਮਾਰ ਦੋ ਵੀ ਇੱਕ ਵਾਰੀ ਕੱਢ ਕੇ ਤਾੜੀਆਂ ਪੰਜਾਬ ਦੇ ਨਾਮੀ ਖਿਡਾਰੀਆਂ ਦੀ ਗੱਡੀ ਭੱਜੀ ਆ ਜਿਹੜਾ ਪੀਲੀ ਪੱਟੀ ਚ ਭੱਜਿਆ ਵੀਰੋ ਇਹ ਭੂਪੀ ਬੀਰਮੀ ਕੈਨੇਡਾ ਬਿੰਦਰ ਸਿੰਘ ਜੀ ਬੀਰਮੀ ਇਹ ਜਿਹੜਾ ਪੀਲੀ ਪੱਟੀ ਜਿਹੜਾ ਪਰਲੇ ਪਾਸੇ ਭੱਜਿਆ ਵਾ ਸਟੇਜ ਤੋਂ ਪਰਲੇ ਪਾਸੇ ਇਹ ਮੰਡੀ ਅਹਿਮਦਗੜ੍ਹ ਦੇ ਲਾਗੇ ਪਿੰਡ ਆ ਜੰਡਾਲੀ ਉੱਥੋਂ ਦੇ ਸਰਦਾਰ ਜੀਵਨ ਸਿੰਘ ਦਾ ਇਹ ਬੈਲ ਭੱਜਿਆ ਵਾ ਤੇ ਦੇਖਦੇ ਹਾਂ ਵੀ ਮੋਹਣਾ ਸੀ ਸੱਦੋ ਵਾਲੀ ਆ ਦੌਧਰ ਦੇ ਮਿੱਤਰੋ ਚੈਂਪੀਅਨਸ਼ਿਪ ਦੀ ਗੱਡੀ ਸ਼ੁਰੂ ਹੋ ਗਈ ਪਹਿਲੀਆਂ ਪੰਜ ਗੱਡੀਆਂ ਨੂੰ ਪੰਜ ਮੋਟਰਸਾਈਕਲ ਸਾਹਮਣੇ ਖੜੇ ਆ ਪੰਜ ਮੋਟਰਸਾਈਕਲ ਸਾਹਮਣੇ ਖੜੇ ਆ ਹੋਈ ਨਹੀਂ ਸੈਟ ਪੱਚੀ ਸੈਕਿੰਡ ਤੀਹ ਪੁਆਇੰਟ ਲੱਗਿਆ ਜੀ ਸਮਾਂ ਪੱਚੀ ਤੀਹ ਇਹ ਜਿਹੜਾ ਪੀਲੀ ਪੱਟੀ ਵਾਲਾ ਭੱਜਿਆ ਮਿੱਤਰੋ ਜਿੱਥੇ 20 ਤਰੀਕ ਨੂੰ ਕੁੰਡੀਆਂ ਦੇ ਸਿੰਘ ਫਸਣੇ ਆ ਪਿੰਡ ਮੋਹੀ ਇਹ ਜੱਗਾ ਵੀਰ ਮੋਹੀ ਕਮਲ ਬਹੁਤ ਧੰਨਵਾਦ ਬਈ ਰਾਜੇ ਹੋਣਾ ਦਾ ਤੇ ਉੱਪਰਲੇ ਪਾਸੇ ਸੌਂਸਪੁਰੀਆ ਗੁੰਮੇ ਦਾ ਭੱਜਿਆ ਵਾ ਤੇ ਘੁੱਲਾ ਸੀ ਮਕੜਾਉਣੇ ਵਾਲਾ ਇਹਨੂੰ ਭਜਾਉਣ ਵਾਲਾ ਸੋ ਬਹੁਤ ਧੰਨਵਾਦ ਮਿੱਤਰੋ ਪੰਜਾਬ ਦੇ ਉੱਚ ਕੋਟੀ ਦੇ ਗਡਬਾਨਾਂ ਦੀ ਗੱਡੀ ਭੱਜੀ ਆ ਜਿਹਨੇ ਮੋਟਰਸਾਈਕਲ ਜਿੱਤਿਆ ਫੱਲੇਵਾਲ ਦੇ ਖੇਡ ਮੇਲੇ ਤੇ ਬਹੁਤ ਧੰਨਵਾਦ ਗੁੰਮੇ ਹੋਣਾ ਦਾ ਉੱਥੇ ਦੂਸਰਾ ਬੱਚਾ ਸੀ ਇਹ ਵੱਡਾ ਬੈਲ ਭੱਜਿਆ ਜਿਹਨੇ ਕਈ ਮੋਟਰਸਾਈਕਲ ਦਿੱਤੇ ਆ ਤੇ 20 ਤਰੀਕ ਨੂੰ ਮਿੱਤਰੋ ਗੱਲ ਮੋਹੀ ਦੀ ਜਿੱਥੇ ਮੋਹੀ ਵਾਲਾ ਬੈਲ ਭੱਜਿਆ ਵਾ ਗੱਭਰੂ ਉੱਚ ਕੋਟੀ ਦਾ ਖੇਡ ਮੇਲਾ ਕਰਾ ਰਹੇ ਨੇ ਇੱਕ ਗੱਡੀ ਨੂੰ ਮੋਟਰਸਾਈਕਲ ਦੋ ਗੱਡੀਆਂ ਨੂੰ ਮੋਟਰਸਾਈਕਲ ਹਾਂਜੀ 13,000 ਰੁਪਈਆ ਬਾਬੇ ਨਾਨਕ ਦੀ 13 ਹੀ 13 ਵਾਂ ਗੁਰਜੀਤ ਸਿੰਘ ਜੀ ਐਡਮਿੰਟਨ ਤੋਂ ਦੌਧਰ ਤੋਂ ਹੀ ਨੇ ਵਾ ਉਹ ਦੌਧਰ ਵਾਲਿਓ ਸਿਖਰ ਕਰਤਾ ਗੱਭਰੂਆਂ ਨੇ ਅੱਜ ਇਹ ਜਿਹੜਾ ਐਡਾ ਵੱਡਾ ਮੇਲਾ ਹੋਣ ਲੱਗਿਆ ਬਨਬੌਰੇ ਵਾਲਾ ਭਾਈ ਆ ਰਿਹਾ ਏਕਮ ਦਾ ਹੁਣ ਇੱਕ ਮਿੰਟ ਭੁੱਲੇ ਇੱਕ ਲਿਸਟ ਬਣਾ ਤੂੰ ਕੋਲੇ ਬੈਠ
25 ਸੈਕਿੰਡ 30 ਪੁਆਇੰਟ ਆ ਜੀ 25 30 ਨਹੀਂ ਮੈਂ ਅੱਜ ਟਾਈਮ ਨਹੀਂ ਮੈਂ ਲਾਉਂਦਾ ਮੈਂ ਬੋਲ ਨਹੀਂ ਸਕਦਾ ਜੀ ਇਹ ਕੰਬਨ ਬੌਰਾ 25 ਸੈਕਿੰਡ 30 ਪੁਆਇੰਟ ਆ ਹੁਣ ਜਿਹੜੀ ਆ ਰਹੀ ਆ ਮਿੱਤਰੋ ਜੀਤਾ ਬੱਸੀਆਂ ਜੀਤਾ ਸਿੰਘ ਜੀ ਬੱਸੀਆਂ 1000 ਰੁਪਈਆ ਪੰਮਾ ਦੌਧਰ ਜੀ ਨੇ 1 ਲੱਖ ਰੁਪਈਆ ਦਿੱਤਾ ਵਾ ਇਸ ਖੇਡ ਮੇਲੇ ਲਈ ਪੰਮਾ ਲੰਬੜਦਾਰ ਦੌਧਰ ਵਾਲਾ 1 ਲੱਖ ਰੁਪਈਆ ਜਿਹਨੇ ਮੋਟਰਸਾਈਕਲ ਮਿੱਤਰੋ ਵੱਡੀਆਂ ਗੱਲਾਂ ਕੀਤੀਆਂ ਨੇ ਲੰਬੜਦਾਰ ਪੰਮੇ ਨੇ ਤੇ 1000 ਰੁਪਈਆ ਸ਼ਿਪ ਤੇ ਲੱਗ ਗਿਆ ਤੇ 2000 ਰੁਪਈਆ ਧਾਰਾ ਦੌਧਰ ਸੰਦੀਪ ਬੈਲਪੁਰ ਕਲਵੀਰ ਮਾਨਕਾ ਕੇਐਸਟੀ ਗਰੁੱਪ ਵੱਲੋਂ ਆ ਰਾਜੂ ਆਸੀ ਕਲਾ ਐਨਆਰਆਈ ਕਮੇਟੀ ਦਾ ਪ੍ਰਧਾਨ ਹਜ਼ਾਰ ਰੁਪਈਆ 1 ਜੰਟਾ ਵੀਰ ਬਹੁਤ ਧੰਨਵਾਦ ਮੋਟਰਸਾਈਕਲ ਆ ਜੰਟੇ ਵੀਰ ਵੱਲੋਂ 2000 ਰੁਪਈਆ ਵੀਰੋ ਆ ਗਿਆ ਰੁਕ ਇਹ ਲਿਖੋ ਭੁੱਲੇ ਸਾਰੇ ਪੈਸੇ ਆ ਕਿੰਨੇ ਹੋ ਗਏ ਹਨ ਇੱਕ ਵਾਰੀ ਕੋਕਰੀ ਵਾਲੇ ਮਾਮੇ ਵੱਲੋਂ ਆ ਤੇ ਨਾਲ ਹੀ ਆਪਣੇ ਰੌਂਤੇ ਵਾਲੇ ਭਾਜੀ ਹੋਣਾ ਵੱਲੋਂ ਆ ਜਸਪਾਲ ਸਿੰਘ ਜੀ ਟਮਾਣਾ ਕਨੇਡਾ ਵੱਲੋਂ ਆ ਇਹ ਸਾਰੇ ਪੈਸੇ ਲਿਖ ਲਿਓ ਕਿਉਂਕਿ ਮਿੱਤਰੋ ਰਿਕਾਰਡ ਬਣੇ ਹੋਏ ਆ ਰਿਕਾਰਡ ਜੀਤਾ ਬੱਸੀਆਂ ਦੀ ਗੱਡੀ ਆ ਰਹੀ ਆ 1 ਲੱਖ ਰੁਪਈਆ ਪਿਛਲੇ ਸਾਲ ਜਦੋਂ ਗੱਲ ਸ਼ਿਫਟਾਂ ਦੀ ਹੋਈ ਆ ਸੋਨੀ ਦੌਧਰ ਵੱਲੋਂ ਧਰੂਨ ਦੌਧਰ ਵੱਲੋਂ ਕੁਛ ਨਹੀਂ ਸੁਣਦਾ ਥੋੜ੍ਹਾ ਜਿਹਾ ਸਾਊਂਡ ਤੋਂ ਕੱਚ ਖਾ ਕੇ ਕਰਾ ਫਿਰ ਉਹਨੂੰ ਉੱਧਰ ਕਰਾ ਦੇ ਉੱਥੇ ਕੋਈ ਨਾ ਕਰਾਈ ਜਾਂਦੇ ਸੈਕਿੰਡ 96 ਪੁਆਇੰਟ ਆ ਜੀ 25-96 ਜੀਤਾ ਸਿੰਘ ਬੱਸੀਆਂ ਬਹੁਤ ਧੰਨਵਾਦ ਦਰਸ਼ੀ ਬੱਸੀਆਂ ਢੇਸੀ ਬੱਸੀਆਂ ਸੋ ਵੱਡੀਆਂ ਗੱਲਾਂ ਨੇ ਵੀਰੋ ਦੇਖਦੇ ਹਾਂ ਵੀ ਗੱਲ ਕਿੱਥੇ ਜੁੜਦੀ ਆ ਅੱਜ ਇਹ ਮੇਲੇ ਦੌਧਰ ਦੀ ਆ ਸੋ 1 ਮੋਟਰਸਾਈਕਲ ਸਾਧੂ ਸਿੰਘ ਮਾਨਕੀ ਦੀ ਗੱਡੀ ਆ ਰਹੀ ਆ ਭਾਈ ਮਾਸਟਰ ਜੀ ਇਧਰੋਂ ਲਿਸਟ ਭੇਜ ਦਿਓ ਜਿੰਨੀ ਐਂਟਰੀ ਹੋਈ ਆ ਕਰਾ ਲਓ ਵੀ ਸਾਈਡ ਤੇ ਸੋ ਬਹੁਤ ਧੰਨਵਾਦ 1 ਮੋਟਰਸਾਈਕਲ ਵੀਰੋ ਬਿੰਦਾ ਦੌਧਰ USA ਸੋਨੂ ਨਰੰਗਾਬਾਦ ਨਾਰੰਗਵਾਲ ਬਹੁਤ ਧੰਨਵਾਦ ਸੋਨੂ ਮੇਰਾ ਛੋਟਾ ਵੀਰ ਨਾਰੰਗਵਾਲ ਮੇਰੇ ਪਿੰਡ ਗੁੱਜਰਵਾਲ ਦੇ ਨਾਲ ਹੀ ਨਾਰੰਗਵਾਲ ਆ ਪੱਚੀ ਸੈਕਿੰਡ 78.78 25-78 ਜੱਬੋ ਮਾਜੀ ਹੈ ਪੰਡਿਤ ਸੀ ਇਹਨੂੰ ਭਜਾਉਣ ਵਾਲਾ ਦੁੱਸਰ ਬਾਈ ਜੀ ਖੁੱਲੀ ਆ ਸਾਰਿਆਂ ਲਈ ਜੱਗਾ ਅਰਸ਼ੀਨ ਦੀ ਗੱਡੀ ਆ ਰਹੀ ਆ ਭਾਈ ਜੇਕਰ ਵੀਰੋ ਕਿਸੇ ਸਮੇਂ ਤੇ ਕੋਈ ਇਕੱਠੇ ਹੋ ਜਾਂਦੇ ਆ ਤਾਂ ਨਾਮ ਵੰਡ ਕੇ ਹੋਊਗਾ ਚਾਹੇ ਪਹਿਲੇ ਤੇ ਇਕੱਠੇ ਹੋ ਜਾਣ ਚਾਹੇ ਪੰਜਵੇਂ ਤੇ ਇਕੱਠੇ ਹੋ ਜਾਣ 6ਵੇਂ ਨੂੰ ਨਕਦ ਨਾਮ ਆ 20,000 ਰੁਪਈਆ 5ਵੇਂ ਨੂੰ ਮੋਟਰਸਾਈਕਲ ਆ ਫਿਰ ਵੰਡ ਕੇ ਨਾਮ ਜਾਣੀ ਕੋਈ ਵੀ ਹੋ ਜਾਵੇ
ਸ਼ਿਫਟ ਦਾ ਵੀ ਭਾਈ ਵੰਡ ਕੇ ਹੋਊਗਾ, ਸ਼ਿਫਟ ਦਾ ਵੀ ਨਾਮ ਵੰਡ ਕੇ ਹੋਊਗਾ। ਇੱਕ ਕਿੱਲੇ ਦਾ ਫਾਊਲ ਆ, ਝੰਡੀ ਨਹੀਂ ਡਿੱਗਦੀ ਧਾਨ ਭੱਜੇ ਆ। ਜੇਕਰ ਸਿਰੇ ਤੇ ਆ ਕੇ ਗੱਡੀ ਦਾ ਇੱਕ ਟਾਇਰ ਉੱਪਰ ਆ ਤੇ ਇੱਕ ਥੱਲੇ ਆ ਤਾਂ ਉਹਦਾ ਟਾਈਮ ਨੋਟ ਹੋਊਗਾ। ਜੇ ਦੋਨੇ ਟਾਇਰ ਥੱਲੇ ਆ, ਉਹ ਭਾਈ ਜੀ ਭਾਈ ਜੀ ਭਾਈ ਜੀ, ਉਹ ਛੋਟੇ ਵੀਰ ਉਹ ਮੁੜੇ ਪਿੱਛੇ ਕਾਕੇ, ਉਹ ਕਾਕੇ ਮੋੜ ਪਿੱਛੇ ਇੱਧਰ ਨਾ ਯਾਰ ਕੋਈ ਐਂ ਆਉਣ ਦਿਓ। ਉਨੱਤੀ ਸੈਕਿੰਡ 12 ਪੁਆਇੰਟ ਆ ਜੀ। ਜੱਗਾ ਰਸ਼ੀਨ ਇਹਨੂੰ ਭਜਾਉਣ ਵਾਲਾ ਸੀ, ਸੂਰਤ ਰਸ਼ੀਨ ਵਾਲਾ। ਅਮਨਾ ਕਟਾਰੀ, ਅਮਨੇ ਕਟਾਰੀ ਦੀ ਗੱਡੀ ਆ ਬਾਈ ਜੀ। ਕੋਈ ਮੋਟਰਸਾਈਕਲ ਸਕੂਟਰ ਜਿਹੜੇ ਇੱਥੇ ਬੰਦੇ ਖੜੇ ਹੋ ਤੁਸੀਂ, ਬੇਨਤੀ ਕਰਦਿਆ ਕਰੋ ਬਾਈ ਜੀ ਨਾ ਆਉਣ ਦਿਓ ਇਹਨਾਂ ਨੂੰ। ਸੋ ਬਹੁਤ ਧੰਨਵਾਦ ਮਿੱਤਰੋ, ਵੱਡੇ ਮਾਣ ਸਨਮਾਨ ਦੀਆਂ ਗੱਲਾਂ। ਫੌਜੀ ਆਸੀ ਵਾਲਾ ਵੀ ਪਹੁੰਚ ਗਿਆ, 1000 ਰੁਪਈਆ ਮੈਨੂੰ ਮਾਣ ਦੇ ਕੇ ਗਿਆ ਫੌਜੀ ਆਸੀ। ਸੱਭੀ ਕਨੇਡਾ, ਗੁਰਵੀਰ ਕਨੇਡਾ, ਹਰਪ੍ਰੀਤ ਕਨੇਡਾ ਤੇ ਗੁਰਪ੍ਰੀਤ ਕਨੇਡਾ, ਮੇਰੇ ਪਿੰਡ ਵਾਲੇ ਦੀਪੇ ਗੁਜਰਾਲ ਨੂੰ, ਇਹ ਗੱਭਰੂਆਂ ਨੇ ਅੱਜ ਮੋਟਰਸਾਈਕਲ ਸਨਮਾਨ ਦੇਣਾ। ਬਹੁਤ ਧੰਨਵਾਦ ਵੀਰਾਂ ਦਾ ਭਾਈ। ਫੌਜੀ ਆਸੀ ਕਲਾਂ ਜਿੱਥੇ NRI ਕਮੇਟੀ ਦਾ ਰਾਜੂ ਪ੍ਰਧਾਨ ਆ, ਵੀਰ ਦੁੱਲੇ ਹੋਣੀ, ਵੀਰ ਜੱਗੀ ਆਸੀ ਹੋਣੀ, ਆਸੀ 'ਚ ਵੱਡਾ ਸ਼ੌਂਕ ਆ। ਸੋ ਬਹੁਤ ਧੰਨਵਾਦ ਭਾਈ ਵੀਰ ਫੌਜੀ ਦਾ। ਵਾਹ ਜੀ ਵਾਹ। ਇਸ ਗੱਡੀ ਦਾ ਸਮਾਂ 28 ਸੈਕਿੰਡ 69 ਪੁਆਇੰਟ ਜੀ, 28 69। ਅਮਨਾ ਕਟਾਰੀ, ਇਹ ਕਟਾਰੀ ਮਿੱਤਰੋ ਵੀਰ ਪੱਪੂ ਹੋਣੀ ਰਾੜਾ ਸਾਹਿਬ ਦੇ ਲਾਗੇ ਪਿੰਡ ਕਟਾਰੀ ਆ, ਮਾਣਾ ਸੀ ਮਕਸੂਦ ਅਡਿਆਲੇ ਨੂੰ ਭਜਾਉਣ ਵਾਲਾ ਤੇ ਹੁਣ ਗੱਡੀ ਆ ਰਹੀ ਆ। ਪੱਚੀ ਸੈਕਿੰਡ 69 ਪੁਆਇੰਟ ਹੈ ਜੀ, 25 69। ਚੀਨੂ ਜਲਾਲ ਦੀ ਵਾਲ, ਬਹੁਤ ਧੰਨਵਾਦ ਵੱਡਾ ਨੌਵਾਂ ਵੀਰੋ ਚੀਨੂ ਜਲਾਲ ਦੀ ਵਾਲ, ਮਿੰਟੂ ਸੀ ਸਵਾਜਪੁਰੀਆ ਨੂੰ ਭਜਾਉਣ ਵਾਲਾ। ਸੋ ਬਹੁਤ ਧੰਨਵਾਦ। ਇੱਕ ਮੋਟਰਸਾਈਕਲ ਵੀਰੋ ਜੰਟਾ ਕਨੇਡਾ ਸਨਮ ਸਰਦਾਰ ਅਮਰ ਸਿੰਘ ਜੀ, ਬਹੁਤ ਧੰਨਵਾਦ ਵੀਰ ਦਾ, ਵੀਰ ਜੰਟੇ ਦਾ। ਮਿੱਤਰੋ ਜਿਹੜਾ ਅੱਜ ਏਡਾ ਵੱਡਾ ਮੇਲਾ ਹੋਣ ਲੱਗਿਆ ਵਾ। ਇੱਕ ਮੋਟਰਸਾਈਕਲ ਰਾਜੂ ਦੌਧਰ ਕਨੇਡਾ, ਉਸ ਵੀਰ ਦਾ ਵੀ ਬਹੁਤ ਧੰਨਵਾਦ। ਉੱਧਰ ਬੰਦਾ ਹੋਰ ਲਾ ਲਓ ਜੀ, ਸਵਾਦ ਨਹੀਂ ਆਉਂਦਾ ਹਜੇ ਪੂਰਾ, ਕਿਉਂਕਿ ਇੱਕਣ ਗੱਲ ਸਾਰੀਆਂ ਗੱਲਾਂ ਮੇਰਾ ਖੇੜ ਹੀ ਨਹੀਂ ਗਰਮ ਹੋਣੀ ਇੱਕਣ ਤਾਂ। ਐਡਾ ਮੇਲਾ ਆਪਣਾ ਤਾਂ ਲੋਕ ਸਕਰੀਨਾਂ ਲਾਈ ਬੈਠੇ ਆ, ਤੁਹਾਡੇ ਪਿੰਡ ਦੇ ਕੁਲਦੀਪ ਹੋਣੀ ਕੈਲਗਰੀ 'ਚ ਸੇ ਵਾਲੇ। ਸੋ ਬਹੁਤ ਧੰਨਵਾਦ ਆ। ਮੱਖਣ ਸਿੰਘ ਜੀ ਨਾਨੋ ਮਜ਼ਾਰਾ ਫਗਵਾੜੇ ਦੇ ਲਾਗੇ ਆ, ਉਹਨਾਂ ਗੱਭਰੂਆਂ ਦਾ ਵੀ ਬਹੁਤ ਧੰਨਵਾਦ ਆ। ਮਿੱਤਰੋ ਪਰਿਵਾਰਾਂ ਦੇ ਪਰਿਵਾਰ ਜਿਹੜੇ ਮੈਂ ਕਦੇ ਇਸ ਖੇਡ ਨਾਲ ਜ਼ਿਕਰ ਕਰਦੇ ਆ, ਬੜੀ ਖੁਸ਼ੀ ਹੁੰਦੀ ਆ। ਬਹੁਤ ਧੰਨਵਾਦ ਮੱਖਣ ਸਿੰਘ ਜੀ ਨਾਨੋ ਮਾਜਰੇ ਵਾਲਿਆਂ ਦਾ। ਕਹਿੰਦੇ ਬਾਈ ਜੀ 20 ਸਾਲ ਹੋ ਗਏ, ਬੜਾ ਸਵਾਦ ਅੱਜ ਘਰੇ ਅਸੀਂ ਸਕਰੀਨ ਲਾਈ ਆ, ਬੱਚੇ ਦੇਖਦੇ ਆ। ਉੱਧਰੋਂ ਤੁਹਾਡੇ ਪਿੰਡ ਦਾ ਕੁਲਦੀਪ ਆ, ਮੇਰੀ ਗੱਲ ਤਾਂ ਨਹੀਂ ਹੋਈ ਪਰ ਸੇ ਵਾਲੇ ਬਲਵਿੰਦਰ ਦਵਿੰਦਰ ਹੋਣੀ ਬੈਠੇ ਅੱਜ ਕੈਲਗਰੀ 'ਚ, ਕਹਿੰਦੇ ਸਾਰੇ ਮਿੱਤਰ ਬੈਲੀ ਅੱਜ ਅਸੀਂ ਇਕੱਠੇ ਹੋਣ ਲੱਗੇ ਹਾਂ। ਪਰਚੀ ਵੀਰੋ ਉੱਥੇ ਜੇਬ 'ਚ ਹਰੇਕ ਦੇ ਹੋਵੇ, 100 ਗੱਡੀ ਨੂੰ ਇਨਾਮ ਦੇਣਾ, 100 ਗੱਡੀ ਨੂੰ। ਘਿਓ ਦਾ ਪੀਪਾ ਤੇ ਝੁੱਲਾਂ ਦੀ ਜੋੜੀ ਆ, ਤਕਰੀਬਨ 22-23 ਸੌ ਰੁਪਈਏ ਦਾ ਮਾਲ ਆ। ਜੇ ਕੋਈ
ਸੋਨੀ ਵੀਰ ਉਧਰ ਕਰੋ ਯਾਰ ਬੰਦੇ ਸਿੱਟਿਆ ਤਾਂ ਸਵਾਦ ਨਹੀਂ ਆਉਣਾ ਖੇਡਦਾ ਭੋਲੇ ਸਵਾਦ ਨਹੀਂ ਆਉਣਾ ਖੇਡਦਾ ਮੈਨੂੰ ਨਹੀਂ ਅਜੇ ਭੋਰਾ ਵੀ ਆਇਆ ਤੁਹਾਨੂੰ ਤਾਂ ਕੀ ਆਉਣਾ ਕੀ ਉੱਥੇ ਉੱਥੇ ਐਂਟਰੀ ਉੱਥੇ ਰੋਡੇ ਉੱਥੇ ਮਾੜਾ ਕਿੱਥੇ ਇਸ ਗੱਡੀ ਦਾ ਸਮਾਂ 29 ਸੈਕਿੰਡ 39 ਪੁਆਇੰਟ 29 39 ਇਹ ਜੋਧਾ ਦੇ ਨਾਲ ਆ ਜਿਹੜਾ ਪਿੰਡ ਰੁੜਕਾ ਅਮਰੀਕ ਸਿੰਘ ਜੀ ਬਾਈ ਭੋਲਾ ਜਾਂਗਪੁਰ ਪੀਤਾ ਜਾਂਗਪੁਰ ਹਿੱਸੋ ਵਾਲੀ ਆ ਗਿਆਨੀ ਸੀ ਇਹਨੂੰ ਭਜਾਉਣ ਵਾਲਾ ਬਹੁਤ ਧੰਨਵਾਦ ਗਿਆਨੀ ਜੀ ਰੁੜਕੇ ਵਾਲੇ ਰੁੜਕੇ ਨਗਰ ਦੀ ਮਿੱਤਰੋ ਇਹ ਗੱਡੀ ਭੱਜੀ ਆ ਬਸੰਤ ਨੂੰ ਭੇਜੋ ਫਿਰ ਜਿਹੜਾ ਬੰਦਾ ਪੱਕਾ ਕੰਮ ਕਰਦਾ ਨਾ ਇੱਕ ਮੋਟਰਸਾਈਕਲ ਬਾਈ ਜੀ ਰਾਜੂ ਦੌਧਰ ਕਨੇਡਾ ਵੱਲੋਂ ਆ ਜੋ ਪੰਜਵਾਂ ਮੋਟਰਸਾਈਕਲ ਆ ਰਾਜੂ ਦੌਧਰ ਕਨੇਡਾ ਬਹੁਤ ਧੰਨਵਾਦ ਸੋ ਇਸੇ ਤਰ੍ਹਾਂ ਮਾਣ ਸਤਿਕਾਰ ਵੀਰੋ 50,000 ਰੁਪਈਆ ਸੰਦੀਪ ਸਿੰਘ ਜੀ ਬਹਿਲਪੁਰ 50,000 ਰੁਪਈਆ ਐਨ ਆਰ ਆਈ ਕਮੇਟੀ ਦਾ ਪ੍ਰਧਾਨ ਰਾਜੂ ਬਾਰੀਆ 80 ਕਲਾਂ 50,000 ਰੁਪਈਆ ਕੁਲਵੀਰ ਸਿੰਘ ਜੀ ਮਾਨਕਾ ਬਹੁਤ ਧੰਨਵਾਦ ਮਿੱਤਰੋ ਜਿੱਥੇ ਵੀਰ ਕੁਲਵੀਰ ਵੀਰ ਸੰਦੀਪ ਤੇ ਵੀਰ ਤਾਰਾ ਅੱਜ ਜੱਟਾਂ ਦੀ ਗੁੱਡੀ ਚੜ੍ਹੀ ਹੋਈ ਆ ਤੇ ਸੋਨੀ ਦੌਧਰ ਵੱਲੋਂ ਦੋ ਮੋਟਰਸਾਈਕਲ ਆ ਜਿੱਥੇ 100 ਪੀਪਾ ਘਿਓ ਦਾ ਸਰਦਾਰ ਜੋਰਾ ਸਿੰਘ ਜੀ ਕਨੇਡਾ ਵੀਰ ਤਾਰੇ ਹੋਣਾਂ ਦੀਆਂ ਸਿਸਟਰਾਂ ਵੱਲੋਂ ਸਰਦਾਰ ਗਰਮੇਲ ਸਿੰਘ ਜੀ ਬਰਾੜ ਕਨੇਡਾ ਆਲਮ ਵਾਲਾ ਬਹੁਤ ਧੰਨਵਾਦ ਆਹ 5,100 ਰੁਪਈਆ ਜੀ ਖੇਡ ਲਈ ਆਇਆ ਆ ਫੜੋ 5,100 ਗਿਣਤੀ ਕਰ ਲਓ ਅਮਰੀਕ ਸਿੰਘ ਜੀ ਸੰਗੋਵਾਲ ਉਹਨਾਂ ਦੀ ਗੱਡੀ ਆਉਂਦੀ ਆ ਸਾਧੂ ਸਿੰਘ ਮਾਨਕੀ ਵੱਲੋਂ 500 ਰੁਪਈਆ ਤੁਸੀਂ ਉਹ ਦੇ ਦਿਓ ਜੀ ਉਹ ਤੇ ਇੱਧਰ ਉਹਨਾਂ ਨੇ ਆਉਣਾ 500 ਰੁਪਈਆ ਦੇ ਦਿਓ ਤੁਸੀਂ ਬਹੁਤ ਧੰਨਵਾਦ ਲਾਲੀ ਕਨੇਡਾ ਮਿੱਤਰੋ ਧੌਲ ਮਾਜਰੇ ਤੋਂ ਵੀਰ ਠੁੱਲੀ ਹੋਣੇ ਦਾ ਭਰਾ ਵਾ ਜਿੱਥੇ ਗੱਡੀਆਂ ਦੇ ਖੇਤਰ 'ਚ ਜੱਟ ਦੀ ਅੱਜ ਗੁੱਡੀ ਚੜ੍ਹੀ ਹੋਈ ਆ 5,100 ਰੁਪਈਆ ਇਸ ਖੇਡ ਮੇਲੇ ਲਈ ਸਤਿਕਾਰ ਦਿੱਤਾ ਬਹੁਤ ਧੰਨਵਾਦ ਵੀਰ ਦਾ ਗੁਆਂਢੀ ਨਗਰ ਆ ਵੀਰੋ ਤਖਾਨਵੱਧ ਦੋਨੇ ਭਰਾ ਨੇ ਸ਼ੀਰਾ ਤੇ ਵੀਰ ਹਰਵਿੰਦਰ ਵੱਲੋਂ ਬਹੁਤ ਧੰਨਵਾਦ ਵੀਰ ਹਰਵਿੰਦਰ ਤਖਾਨਵੱਧ USA ਵੱਸਦਾ ਵੀਰ ਸ਼ੀਰਾ ਕਨੇਡੇ ਵੱਸਦਾ ਦੋਨੇ ਭਰਾਵਾਂ ਦਾ ਭਾਈ ਬਹੁਤ ਧੰਨਵਾਦ 7,000 ਰੁਪਈਆ ਉਹਨਾਂ ਵੱਲੋਂ ਆਇਆ ਹਰਪਾਲ ਸਿੰਘ ਜੀ ਗਰੇਵਾਲ ਜੋਧਾ ਪਿੰਡ ਆ ਵੀਰੋ ਤਾਰੇ ਦੀ ਸਿਸਟਰ ਸਰਦਾਰ ਹਰਪਾਲ ਸਿੰਘ ਜੀ ਗਰੇਵਾਲ ਸਾਹਿਬ ਛੱਬੀ ਸੈਕਿੰਡ 57 ਪੁਆਇੰਟ 56 ਬਹੁਤ ਧੰਨਵਾਦ ਇਹ ਸੰਗੋਵਾਲ ਦੀ ਗੱਡੀ ਸੀ ਹੁਣ ਆਊਗੀ ਦਾਰਾ ਸਿੰਘ ਤਲਵੰਡੀ ਦੀ ਬਹੁਤ ਧੰਨਵਾਦ ਕਮਾਲਪੁਰੇ ਦੇ ਨਾਲ ਹੀ ਦਾਰਾ ਸਿੰਘ ਤਲਵੰਡੀ ਬਹੁਤ ਧੰਨਵਾਦ ਟਮਾਣਾ ਸਾਹਿਬ ਅੱਜ ਆਪ ਇੱਥੇ ਪਹੁੰਚੇ ਹੋਏ ਆ ਮੈਨੂੰ ਵੀ ਰੌਂਤੇ ਵਾਲੇ ਰੁਕਸਾਰਾ ਨੋਟਾਂ ਦਾ ਮਾਣ ਦੇ ਕੇ ਗਏ ਆ ਤੇ ਜੋ 100 ਪੀਪਾ ਘਿਓ ਦਾ ਵਾ ਇਹਨਾਂ ਚਾਰੇ ਭੈਣਾਂ ਚਾਰੇ ਪ੍ਰਾਹੁਣਿਆਂ ਵੱਲੋਂ ਆ ਰਿੱਕੀ ਮੱਲੀ ਕਨੇਡਾ ਤਲਵੰਡੀ ਮੱਲੀਆਂ ਹੈਪੀ ਧਾਲੀਵਾਲ ਕਨੇਡਾ ਕੁੱਸਾ ਤੇ ਹਰਪਾਲ ਸਿੰਘ ਜੀ ਗਰੇਵਾਲ ਜੋਧਾ ਮੇਰੇ ਗੁੱਜਰਵਾਲ ਦੇ ਨਾਲ ਹੀ ਪਿੰਡ ਜੋਧਾ ਵਾਂ ਬਹੁਤ ਧੰਨਵਾਦ ਮੇਰੀਆਂ ਭੈਣਾਂ ਦਾ ਜਸਪਾਲ ਸਿੰਘ ਜੀ ਰੌਂਤਾ ਸਾਹਿਬ ਦਾ ਸਰਦਾਰ ਜੋਰਾ ਸਿੰਘ ਦੀਆਂ ਸਪੁੱਤਰੀਆਂ ਵੀਰ ਤਾਰੇ ਦੀਆਂ ਸਿਸਟਰ
28 ਸੈਕਿੰਡ 39 ਪੁਆਇੰਟ 28 39 ਇਹ ਤਲਵੰਡੀ ਵਾਲਾ ਤੇ ਹੁਣ ਲੰਡੇ ਵਾਲੇ ਬਿੱਲੂ ਦੀ ਉਹਨਾਂ ਦੀ ਗੱਡੀ ਆਉਣ ਲੱਗੀ ਆ ਬਿੱਲੂ ਲੰਡੇ ਕਾ ਬਹੁਤ ਧੰਨਵਾਦ ਬਿੱਲੂ ਲੰਡੇ ਕਿਆਂ ਦੀ ਗੱਡੀ ਆ ਰਹੀ ਆ 10,000 ਰੁਪਈਆ ਲੱਖਾਂ ਕੈਨੇਡਾ ਡੇਢ ਕਾ 12,000 ਰੁਪਈਆ ਸੂਰਜਵੀਰ ਪੱਖੋਵਾਲ ਤੋਂ 10,000 ਰੁਪਈਆ ਦਰਸ਼ਨ ਸਿੰਘ ਜੀ ਬਿੱਕੋ ਇਟਲੀ ਦੌਧਰ ਸੁਣੀ ਕੀ ਆ ਸੁਣੀ ਬਿੱਲੋ ਦਰਸ਼ਨ ਸਿੰਘ ਬਿੱਲੋ ਦਰਸ਼ਨ ਸਿੰਘ ਜੀ ਬਿੱਲੋ ਇਟਲੀ ਦੌਧਰ 10,000 ਰੁਪਈਆ ਬਿੱਲੂ ਲੰਡੇ ਗਏ ਇਸ ਗੱਡੀ ਦਾ ਸਮਾਂ 29 ਸੈਕਿੰਡ 87 ਪੁਆਇੰਟ ਜੱਸੂ ਸੀ ਘੋਲੀ ਵਾਲਾ ਬਿੱਲੂ ਲੰਡੇ ਕੇ ਵਾਲੇ ਦੇ ਸੀ ਬਿੰਦਰਬੀਰ ਮੇਰੀ ਭਾਈ ਫੇਰ ਗੱਡੀ ਆ ਰਹੀ ਆ ਬਾਈ ਬਿੰਦਰਬੀਰ ਮੇਰੀ ਕੋਈ ਨਾ ਭੁੱਲੇ ਉਹ ਜਿਵੇਂ ਚੱਲਦਾ ਹਾਂਜੀ ਬਹੁਤ ਧੰਨਵਾਦ ਗੁਰਦੇਵ ਸਿੰਘ ਜੀ ਕੈਨੇਡਾ ਲਾਲੇ ਕੇ ਦੌਧਰ 10,000 ਰੁਪਈਆ ਬਾਈ ਜੀ ਇਹਨਾਂ ਵੱਲੋਂ ਆਇਆ ਇਕਬਾਲ ਸਿੰਘ ਜੀ ਸਿਆੜ ਕੈਨੇਡਾ ਚ ਬੈਠਾ ਵੀਰੋ ਇਕਬਾਲ ਸਿਆੜ 10,000 ਰੁਪਈਆ ਲਾਲੀ ਧੌਲ ਬਾਜਰਾ 5,100 ਰੁਪਈਆ ਜੀ ਕਲਬੀਰ ਖਾਨਪੁਰ ਨੇੜੇ ਸਾਹਨੇਵਾਲ 10,000 ਰੁਪਈਆ ਸਨੀ ਮਲੌਦ ਰੋੜੀਆਂ 11,000 ਰੁਪਈਆ 11,000 ਰੁਪਈਆ ਸੁੱਖਾ ਜਮਸ਼ੇਰ USA 10,000 ਰੁਪਈਆ ਸੁਖਦੇਵ ਸਿੰਘ ਜੀ ਪ੍ਰਧਾਨ ਕੈਨੇਡਾ ਦੌਧਰ 10,000 ਰੁਪਈਆ ਰਣਜੋਤ ਸਿੰਘ ਬਰਾੜ ਕੈਨੇਡਾ ਡੋਡ ਪਿੰਡ ਤੋਂ ਆ ਜੀ 10,000 ਰੁਪਈਆ ਮਾਸਟਰ ਹਰਚੰਦ ਸਿੰਘ ਜੀ ਦੌਧਰ ਬਹੁਤ ਧੰਨਵਾਦ ਭਾਈ ਜੇ ਇੰਨੀ ਲੱਖਾਂ ਵਾਲੀ ਖੇਡ ਕਰਾਉਣੀ ਆ ਤਾਂ ਫਿਰ ਐਡਾ ਸਹਿਯੋਗੀ ਬਣਦਾ ਵਾ ਲੱਖ ਲੱਖ ਰੁਪਈਆ ਜਿੱਥੇ ਵੀਰ ਪੰਮੇ ਹੋਣਾ ਨੇ ਪਰਮਜੀਤ ਹੋਣਾ ਨੇ ਵੱਡਾ ਸਤਿਕਾਰ ਆ ਵੀਰ ਬੰਦੇ ਬਿੰਦੇ ਨੇ ਵੀਰ ਸੋਨੀ ਨੇ ਹੋਣਿਆ 26 ਸੈਕਿੰਡ 96 ਪੁਆਇੰਟ ਆ ਜੀ ਬਿੰਦਰ ਬੀਰਮੀ ਸੋ ਬਹੁਤ ਧੰਨਵਾਦ ਵੀਰਾਂ ਦਾ ਬਹੁਤ ਧੰਨਵਾਦ ਮੇਵਾ ਸਿੰਘ ਲਤਾਲਾ ਲਤਾਲੇ ਦੀ ਗੱਡੀ ਭਾਈ ਆਉਣ ਲੱਗੀ ਆ ਮੇਵਾ ਸਿੰਘ ਦੀ ਗੁਰਪ੍ਰੀਤ ਸਿੰਘ ਜੀ ਲੰਬੜਦਾਰ ਦੌਧਰ ਕੈਨੇਡਾ ਜਗਜੀਤ ਸਿੰਘ ਜੀ ਕਬੱਡੀ ਭਰਾ ਪੰਮੀ ਕਬੱਡੀ ਧਰਮਿੰਦਰ ਸਿੰਘ ਜੀ ਭੁੱਲਰ ਰਾਮਗੜ੍ਹ ਵੀਰ ਰਾਜੂ ਕਿਲਾ ਰੈਪਰ ਹਰਦੀਪ ਮਾਨ ਦਵਿੰਦਰ ਮਾਂਗਟ ਮਾਮਾ ਜੀ ਸੋਨੀ ਗਰੇਵਾਲ ਰਾਜਗੜ੍ਹ ਸਰਦਾਰਾਂ ਦਾ ਮੁੰਡਾ ਹਰਮਨ ਢਿੱਲੋਂ ਇੰਦਰਜੀਤ ਸਿੰਘ ਜੀ ਤੂਰ ਦਲਜੀਤ ਸਿੰਘ ਜੀ ਜੀਤੀ ਪੜੈਣ ਸੋਨੀ ਗਿੱਲ ਕੋਕਰੀ ਜਗਵੀਰ ਸਿੰਘ ਜੀ ਰਾਣੂ ਹਰਪਾਲ ਸਿੰਘ ਜੀ ਬਰਾੜ ਨਰਿੰਦਰ ਸਿੰਘ ਜੀ ਪੜੈਣ ਤੇ SK ਟਰਾਫੀ ਤੇ ਬਈ ਭੋਲਾ ਦੌਧਰ ਇਹ ਜੋ ਮਾਨ ਸਨਮਾਨ ਵੀਰੋ ਸੋਨੀ ਦੌਧਰ ਤਾਰਾ ਦੌਧਰ ਧਰੂ ਦੌਧਰ ਇਹਨਾਂ ਵੀਰਾਂ ਵੱਲੋਂ ਆ ਤੇ ਭੋਲੇ ਨੇ ਵੀਰੋ ਇਹ ਟਰਾਫੀਆਂ ਦਾ ਵਧਣੀ ਵਾਲਿਆਂ ਦੇ ਨਾਲ ਤੇ ਵੀਰ ਜੁਝਾਰ ਕਕਰਾਲੇ ਦਾ ਵੀ ਬਹੁਤ ਧੰਨਵਾਦ ਆ ਵੀਰ ਜੱਸੀ ਨੰਗਲ ਕਲਾਂ ਗੀਰੀ ਰਸ਼ੀਨ ਜਿੱਥੇ ਵੱਡੇ ਸਤਿਕਾਰ ਆ ਤੇ ਨਾਲ ਹੀ ਮਨੀ ਪੱਖੋਵਾਲ ਸ਼ਾਹੇ ਦੀ ਲੱਤ ਨਾਲ ਉਹ ਵੀ ਬੰਨਿਆ ਗਿਆ ਬਹੁਤ ਧੰਨਵਾਦ ਤੇ ਸਾਰੇ ਆਂਢੀ ਗੁਆਂਢੀ ਨਗਰ ਵੀਰ ਸੁੱਖਾ ਚੂੜ ਚੱਕ ਕੁਲਦੀਪ ਗੁਰੂ ਸਰ ਕੌਂਕੇ ਮੱਲੇ ਵਾਲਾ ਬਾਈ ਬਲਦੇਵ ਦੇਵੀ ਚੂੜ ਚੱਕ ਬਾਈ ਕੁਲਦੀਪ ਖੇਡ ਪ੍ਰਮੋਟਰ ਕਬੱਡੀ ਦਾ ਕੈਨੇਡਾ ਚ ਬੈਠਾ
ਬੱਚੇ ਬਾਈ ਜੀ ਬੱਚੇ ਰੋਕ ਲਓ ਇੱਥੋਂ ਤਾਰ ਤੁਰਨਾ ਮੈਂ ਰੋਕ ਲਓ ਬਸ ਰਹਿਣ ਦੋ ਇਹ ਫਾਊਲ ਆ ਬਾਈ ਜੀ ਇੱਕ ਕਿਲੇ ਦਾ ਫਾਊਲ ਆ ਗਾਹਾਂ ਆ ਕੇ ਫਾਊਲ ਹੋ ਗਈ ਤਾਂ ਫਾਊਲ ਆ ਦੁੱਸਰ ਬਾਈ ਜੀ ਸਭ ਨੂੰ ਖੁੱਲੀ ਆ ਬਹੁਤ ਧੰਨਵਾਦ ਭਾਈ ਸਾਰੇ ਨਗਰ ਦਾ ਵੀਰ ਸੋਨੀ ਲੋਪੋਂ ਅੰਕਤ ਸਿੰਘ ਜੀ ਨਲੂਆ ਜਿਹੜੀ ਹੁਣ ਗੱਡੀ ਆਊਗੀ ਇਹ ਹਰਿਆਣੇ ਚ ਆ ਵੀਰੋ ਸਵੇਰ ਦੇ 2 ਵਜੇ ਦੇ ਗੱਭਰੂ ਚੱਲੇ ਹੋਏ ਆ ਹਰਿਆਣੇ ਚੋਂ ਸੰਭੋ ਸੰਭੋ ਬਾਈ ਜੀ ਕੋਈ ਇੱਥੇ ਹੀ ਖੜਾ ਲਿਓ ਕੋਈ ਨਾ ਇੱਥੇ ਹੀ ਖੜਾ ਲਓ ਹੁਣ ਬਹੁਤ ਧੰਨਵਾਦ ਵੀਰ ਗੁਰਮੀਤ ਦੌਧਰ ਦਾ ਵਿਦੇਸ਼ ਚ ਬੈਠਾ ਵੀਰੋ ਆਸਟ੍ਰੇਲੀਆ ਚ ਬਹੁਤ ਧੰਨਵਾਦ ਬਾਈ ਗੁਰਮੀਤ ਦੌਧਰ ਵੀ ਲਾਈਵ ਜੁੜਿਆ ਹੋਇਆ ਧਰੋਂ ਦੌਧਰ ਪੁੱਤਰ ਨੇ ਸਰਦਾਰ ਚਮਕੌਰ ਸਿੰਘ ਜੀ ਸੰਧੂ ਦੌਧਰ ਦੇ ਛੇਵੀਂ ਉਹ ਵੀ ਆਜੋ ਆਜੋ ਬਾਈ ਜੀ ਭੱਜ ਕੇ ਆਜੋ ਸੋ ਬਹੁਤ ਧੰਨਵਾਦ ਭਾਈ ਫੌਜੀ ਦਾ ਆਸੀ ਵਾਲੇ ਦਾ ਕੈਨੇਡਾ ਚ ਬੈਠੇ ਵੀਰਾਂ ਦਾ ਮੇਰੇ ਪਿੰਡ ਵਾਲੇ ਦੀਪੇ ਨੂੰ ਅੱਜ ਮੋਟਰਸਾਈਕਲ ਦੇਣਾ ਚਾਚਾ ਜੀ ਭੱਜ ਕੇ ਗੱਡੀ ਆ ਗਈ ਮੂਹਰੇ ਥੋੜ੍ਹਾ ਜਿਹਾ ਸਾਈਡ ਤੈਨੂੰ ਹੋ ਜਾਏ ਬਾਪੂ ਜੀ ਉਨੱਤੀ ਸੈਕਿੰਡ 96 ਪੁਆਇੰਟ ਆ ਜੀ ਅੰਕਤ ਨਲੂਆ ਹਰਿਆਣਾ ਬਾਪੂ ਜੀ ਗੱਡੀਆਂ 2-3 ਕੁ ਰਹਿੰਦੀਆਂ ਨੇ ਜੇ ਰੁਕ ਜਮੋ ਗੁਰਭੇਜ ਸੇਖ ਵਾਲਿਆਂ ਦੀ ਗੱਡੀ ਆ ਰਹੀ ਆ ਬਾਈ ਜੀ ਹੁਣ ਬਹੁਤ ਸਿੱਖ ਵਾਲਿਓ ਕੱਚਾ ਟਾਈਮ ਆ ਬਾਈ ਜੀ 36:96 ਉਧਰੋਂ ਬਾਕੀ ਕਨਫਰਮ ਹੋਊਗਾ ਵੀ ਕੀ ਗੱਲ ਆ ਗੁਰਭੇਜ ਸਿੰਘ ਸਿੱਖ ਲੈ ਚਲੋ ਬਾਈ ਜੀ ਦੂਜੀ ਸ਼ਿਫਟ ਵਾਲੇ ਲੈ ਚਲੋ ਸਟਾਰਟਿੰਗ ਪੁਆਇੰਟ ਤੇ ਮਾਰੋ ਹਿੰਮਤ ਕਿਰਾਂ ਸੋ ਬਹੁਤ ਧੰਨਵਾਦ ਆਹ ਸ਼ਿਫਟ ਬਾਈ ਜੀ ਦੇਖਿਓ ਤਾਂ ਕੌਣ ਬਾਜੀ ਮਾਰ ਗਿਆ ਜਿੱਥੇ ਵੱਡੇ ਨਾਉਂਦੀਆਂ ਵੱਡੀਆਂ ਗੱਲਾਂ ਨੇ ਤੇ ਅੱਜ ਦੌਧਰ ਦੇ ਖੇਡ ਮੇਲੇ ਦੀ ਵੱਡੀ ਗੱਲ ਚੱਲਦੀ ਆ ਕੋਲੇ ਰੱਖੋ ਮੰਗੇ ਕੋਲੇ ਰੱਖੋ ਬਹੁਤ ਧੰਨਵਾਦ ਮੋਹੀ ਜੱਗਾ ਮੋਹੀ ਪੰਮਾ ਕੈਨੇਡਾ ਜੱਗਾ ਮੋਹੀ ਗੁੰਮਾ ਸੌਂਸਪੁਰੀਆ ਮਿੱਤਰੋ ਇਹਦਾ ਸਮਾਂ ਲੱਗਿਆ 25:30 30 ਪੁਆਇੰਟ ਤੇ 25:30 ਏਕਮ ਬਨਬੋਰਾ ਇਹ ਵੀ 25:30 ਆ ਬਹੁਤ ਧੰਨਵਾਦ ਦੋਨੇ ਗੱਡੀਆਂ ਵੀਰੋ ਇਕੱਠੀਆਂ ਸਮੇਂ 'ਚ ਠਹਿਣੀਆਂ ਹੋਈਆਂ ਨੇ ਤੇ ਵੱਡੇ ਸਤਿਕਾਰ ਦੀਆਂ ਗੱਲਾਂ ਨੇ